ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜ਼ਰ ਵਿਦਵਾਨ ਖੁਜਾਰਤੀ ਤੇ ਵਿਦਿਆਰਥੀ ਸੱਜਣ ਅੱਜ ਅਸੀਂ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਸੰਵਾਦ ਕਰਨ ਲਈ ਇੱਥੇ ਇਕੱਤਰ ਹੋਏ ਹਾਂ ਭਾਰਤ ਵਿੱਚ ਅੰਗਰੇਜ਼ੀ ਸਮਰਾਜ ਵਿਰੁੱਧ ਕਈ ਲਹਿਰਾਂ ਉੱਠੀਆਂ ਹਨ ਜਿਨ੍ਹਾਂ ਵਿੱਚੋਂ ਗਦਰ ਲਹਿਰ ਆਪਣਾ ਵਿਲੱਖਣ ਸਥਾਨ ਰੱਖਦੀ ਹੈ ਜਿਸ ਨੇ ਨਾ ਸਿਰਫ ਅਗਲੀਆਂ ਆਜ਼ਾਦੀ ਲਹਿਰਾਂ ਨੂੰ ਪ੍ਰੇਰਣਾ ਦਿੱਤੀ ਸਗੋਂ ਉਹਨਾਂ ਵੱਲੋਂ ਸੇਧ ਅਤੇ ਯੋਧੇ ਵੀ ਗਦਰ ਲਹਿਰ ਵੱਲੋਂ ਪ੍ਰਦਾਨ ਕੀਤੇ ਗਏ ਇਸ ਲਹਿਰ ਨੇ ਭਾਰਤ ਦੀ ਆਜ਼ਾਦੀ ਨੂੰ ਪਹਿਲੀ ਵਾਰ ਕੌਮਾਂਤਰੀ ਮਹੱਤਵ ਦਾ ਵਿਸ਼ਾ ਬਣਾਇਆ ਇਹ ਵਰ੍ਹਾ ਗਦਰ ਲਹਿਰ ਦੀ ਸਥਾਪਨਾ ਸ਼ਤਾਬਦੀ ਦਾ ਵਰ੍ਹਾ ਹੈ ਜਿੱਥੇ ਕੌਮਾਂਤਰੀ ਪੱਧਰ ਉੱਤੇ ਗਦਰ ਲਹਿਰ ਦੀ ਸਥਾਪਨਾ ਸ਼ਤਾਬਦੀ ਮਨਾਈ ਜਾ ਰਹੀ ਹੈ ਉੱਥੇ ਵਿਦਿਆਰਥੀ ਅਤੇ ਖੁਜਾਰਤੀ ਹੋਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਮਹੱਤਵਪੂਰਨ ਵਿਸ਼ੇ ਤੇ ਢੁੱਕਵੀਂ ਪੜਚੋਲ ਕਰੀਏ ਤੇ ਇਸੇ ਕਰਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਗਦਰ ਲਹਿਰ ਦੀ ਸਥਾਪਨਾ ਸ਼ਤਾਬਦੀ ਪੰਜਾਬੀ ਯੂਨੀਵਰਸਿਟੀ ਵਿੱਚ ਸੈਮੀਨਾਰ ਰੂਪ ਵਿੱਚ ਮਨਾਉਂਦਿਆਂ ਮਾਣ ਮਹਿਸੂਸ ਕਰ ਰਹੀ ਹੈ ਗਦਰ ਪਾਰਟੀ ਦੀ ਸਥਾਪਨਾ ਤੋਂ 100 ਸਾਲ ਬਾਅਦ ਵੀ ਗਦਰ ਲਹਿਰ ਲੋਕ ਮਨਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਉਕਰੀ ਹੋਈ ਹੈ ਤੇ ਅੱਜ ਅਸੀਂ ਇਸ ਲਹਿਰ ਦੇ ਕਈ ਅਹਿਮ ਪਹਿਲੂਆਂ ਤੇ ਗੱਲਬਾਤ ਕਰਾਂਗੇ ਜਿਸ ਨਾਲ ਇਸ ਲਹਿਰ ਦੇ ਸੰਬੰਧ ਵਿੱਚ ਜੋ ਸਵਾਲ ਢੁੱਕਵੇਂ ਜਵਾਬ ਦੀ ਮੰਗ ਕਰਦੇ ਹਨ ਉਹ ਵੀ ਅੱਜ ਇੱਥੇ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਜਿਹੜੇ ਕੁਝ ਸਵਾਲ ਨੇ ਵੀ ਭਾਰਤ ਦੀ ਆਜ਼ਾਦੀ ਦੇ ਦੂਸਰੇ ਅੰਦੋਲਨਾਂ ਨਾਲੋਂ ਗਦਰ ਲਹਿਰ ਦਾ ਕੀ ਵਿਲੱਖਣਤਾ ਸੀ ਗਦਰ ਲਹਿਰ ਦਾ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਕੀ ਸਥਾਨ ਬਣਦਾ ਸੀ ਤੇ ਇਸ ਨੂੰ ਕੀ ਸਥਾਨ ਮਿਲਿਆ ਗਦਰ ਲਹਿਰ ਜਾਂ ਗਦਰੀ ਬਾਬਿਆਂ ਦਾ ਪ੍ਰੇਰਣਾ ਸੋਮਾ ਕੀ ਸੀ ਗਦਰ ਲਹਿਰ ਦੀ ਵਿਚਾਰਧਾਰਾ ਨੂੰ ਕੀ ਨਾਂ ਦਿੱਤਾ ਜਾ ਸਕਦਾ ਹੈ ਕਮਿਊਨਿਜ਼ਮ ਸਿੱਖੀ ਤੇ ਰਾਸ਼ਟਰਵਾਦ ਵਿੱਚੋਂ ਇਸ ਦਾ ਝੁਕਾਅ ਕਿਸ ਬੰਨੇ ਸੀ ਕੀ ਗਦਰ ਲਹਿਰ ਦੀ ਵਿਚਾਰਧਾਰਾ ਤੇ ਵਿਰਾਸਤ ਪੰਜਾਬ ਦੇ ਲੋਕਾਂ ਨੂੰ ਦਰਪੇਸ਼ ਅਜੋਕੀਆਂ ਔਕੜਾਂ ਦੀ ਦਵਾ ਬਣ ਸਕਦੀ ਹੈ ਅੱਜ ਦੇ ਸਮੇਂ ਦੇ ਵਿੱਚ ਸੋ ਇਹੋ ਜਿਹੇ ਸਵਾਲ ਜਿਨ੍ਹਾਂ ਦਾ ਅੱਜ ਹੱਲ ਲੱਭਣ ਲਈ ਇੱਥੇ ਸੰਵਾਦ ਕਰਨ ਲਈ ਅਸ ਇਕੱਤਰ ਹੋਏ ਹਾਂ ਅੱਜ ਦੇ ਸਾਡੇ ਮੁੱਖ ਬੁਲਾਰੇ ਜੋ ਸਾਡੇ ਵਿੱਚ ਪਹੁੰਚ ਚੁੱਕੇ ਨੇ ਸਰਦਾਰ ਅਜਮੇਰ ਸਿੰਘ ਜੀ ਡਾਕਟਰ ਦਰਸ਼ਨ ਸਿੰਘ ਤਾਤਲਾ ਜੀ ਤੇ ਸਰਦਾਰ ਰਾਜਵਿੰਦਰ ਸਿੰਘ ਰਾਹੀ ਜੀ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਆਪਣਾ ਸਥਾਨ ਆ ਕੇ ਗ੍ਰਹਿਣ ਕਰਨ ਤੇ ਆਪਾਂ ਜੋ ਅਗਲੀ ਕਾਰਵਾਈ ਹੈ ਉਹ ਸ਼ੁਰੂ ਕਰੀਏ ਆਈਏ ਸੈਂਟਰ ਪੰਜਾਬੀ ਯੂਨੀਵਰਸਿਟੀ ਡਾਕਟਰ ਸੁਖਦਿਆਲ ਸਿੰਘ ਜੀ ਹਿਸਟੋਰੀਅਨ ਡਾਕਟਰ ਬਲਕਾਰ ਸਿੰਘ ਜੀ ਸਰਦਾਰ ਰਮਿੰਦਰਜੀਤ ਸਿੰਘ ਵਾਸੂ ਜੀ ਡਾਕਟਰ ਗੁਰਮੀਤ ਸਿੰਘ ਸਿੱਧੂ ਜੀ ਹੋਰ ਸਾਰੇ ਵਿਦਵਾਨ ਸੱਜਣਾਂ ਦਾ ਇੱਥੇ ਪਹੁੰਚਣ 'ਤੇ ਮੈਂ ਜੀ ਆਇਆ ਕਰਦਾ